ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਅਮਰਸਾ ਪੰਜਾਬ ਨੇ ਜਿੱਦ ਆਸਿਰ ਪਹੁੰਚੇ ਗਵਾਲ ਮੰਡੀ ਪਤਲੀ ਘਰ ਵਾਰਡ ਨੰਬਰ 35 ਦੇ ਵਿੱਚ ਚੈਨਾ ਡੋਰ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਹਾਂਜੀ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਮੈਮ ਨਵੇਂ ਸਾਲ ਦੀ ਤੇ ਲੋੜੀ ਦੇ ਬਹੁਤ ਬਹੁਤ ਮੁਬਾਰਕਾਂ ਸਰ ਤੁਹਾਨੂੰ ਵੀ ਤੇ ਸਮੂਹ ਨਗਰ ਵਾਸੀਆਂ ਨੂੰ ਲੋੜੀ ਦੀ ਤੇ ਨਵੇਂ ਸਾਲ ਦੀਆਂ ਜੀ ਮੁਬਾਰਕਾਂ ਮੈਮ ਨਵੇਂ ਸਾਲ ਦੇ ਮੌਕੇ ਵੀ ਕੀ ਕਹਿਣਾ ਚਾਹਦੇ ਸਾਸੀ ਘਾਲ ਜੀ ਮੈਂ ਰਣਜੀਤ ਕੌਰ ਵਾਰਡ ਨੰਬਰ 53 ਦੀ ਵੈਸਟ ਹਲਕਾ ਕਮੇਟੀ ਮੈਂਬਰ ਨਵੇਂ ਸਾਲ ਦੇ ਮੌਕੇ ਤੇ ਮੇਰੇ ਪਰਿਵਾਰ ਅਤੇ ਵਾਰਡ ਨੰਬਰ 53 ਵੱਲੋਂ ਸਮੂਹ ਨਗਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਤੇ ਲੋੜੀਆਂ ਬਹੁਤ ਬਹੁਤ ਮੁਬਾਰਕਾਂ ਜੀ ਜਿੰਮ ਜਿਸ ਤਰ੍ਹਾਂ ਕੀ ਲੋੜੀਂਦੀ ਨਜ਼ਦੀਕ ਆ ਰਹੀ ਹੈ ਬਸਤ ਪੈਚ ਵੀ ਨਜ਼ਦੀਕ ਆ ਰਹੀ ਹੈ ਇਸ ਮੌਕੇ ਤੇ ਚੈਨਾ ਹੀ ਦੋਲੜੀ ਕੀ ਉਹ ਵਰਤੀ ਜਾਂਦੀ ਆ ਜਿਹੜੀ ਕਿ ਬਹੁਤ ਹੀ ਯੋਹਾਨੀ ਕਰਕੇ ਆ ਇਕੱਲੇ ਇਨਸਾਨਾਂ ਵਾਸਤੇ ਵੀ ਪੰਛੀਆਂ ਵਾਸਤੇ ਵੀ ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਇਸ ਸੰਬੰਧ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਹੜੀ ਚਾਇਨਾ ਡੋਰ ਦੀ ਵਰਤੋਂ ਆ ਇਹ ਬਹੁਤ ਮਾੜੀ ਹੈ ਚਾਇਨਾ ਡੋਰ ਬਹੁਤ ਨੁਕਸਾਨਦੇਹੀ ਹੈ ਜੋ ਕਿ ਚਾਹੇ ਉਹ ਰਾਹ ਚੱਲਦੇ ਨਾਗਰਿਕਾਂ ਲਈ ਆ ਜਾਂ ਪੰਛੀ ਪਸ਼ੂ ਅਨਾਲੀ ਵੀ ਤੇ ਇਹ ਇਸ ਚਾਇਨਾ ਡੋਰ ਦੇ ਨਾਲ ਬੜੀ ਐਕਸੀਡੈਂਟਸ ਵਗੈਰਾ ਵੀ ਹੁੰਦੇ ਨੇ ਤੇ ਮੈਂ ਸਮੂਹ ਨਗਰ ਵਾਸੀਆਂ ਨੂੰ ਇਹੀ ਅਪੀਲ ਕਰਦੀ ਆ ਕਿ ਇਸ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਵੱਲੋਂ ਇਹ ਸਖਤ ਹਦਾਇਤਾਂ ਨੇ ਕਿ ਇਸ ਚਾਇਨਾ ਡੋਰ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ ਇਸ ਸਾਡੇ ਵੈਸਟ ਹਲਕਾ ਦੇ ਐਮਐਲਏ ਸਾਹਿਬ ਡਾਕਟਰ ਜਸਵੀਰ ਸਿੰਘ ਸੰਧੂ ਵਾਰਡ ਨੰਬਰ 53 ਦੇ ਇੰਚਾਰਜ ਜਗਜੀਤ ਸਿੰਘ ਅਤੇ ਸਕੱਤਰ ਹਰਜੀਤ ਸਿੰਘ ਲਾਲੀ ਵੱਲੋਂ ਇਹੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਂਦਾ ਹੈ ਕਿ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਮੇਰੇ ਵੱਲੋਂ ਵੀ ਆਪ ਸਭੀ ਸਮੂਹ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈਗੀ ਕਿ ਕਿਰਪਾ ਕਰਕੇ ਇਸ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਕਿ ਜੋ ਕਿ ਲੋਕਾਂ ਨੂੰ ਨੁਕਸਾਨ ਨਾ ਹੋਵੇ ਜਾਨ ਮੇਰੇ ਵੱਲੋਂ ਹਰ ਇੱਕ ਮਾਤਾ ਪਿਤਾ ਨੂੰ ਇਹੀ ਬੇਨਤੀ ਕੀਤੀ ਜਾਂਦੀ ਆ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦਿਓ ਇਸ ਚਾਈਨਾ ਡੋਰ ਦੇ ਨਾਲ ਬਹੁਤ ਨੁਕਸਾਨ ਹੁੰਦਾ ਹੈ ਬੱਚਿਆਂ ਨੂੰ ਵੀ ਸੱਟ ਲੱਗਦੀ ਹੈ ਰਾਹ ਚੱਲਦੇ ਨਾਗਰਿਕਾਂ ਦੇ ਵੀ ਸੱਟਾਂ ਲੱਗਦੀਆਂ ਨੇ ਕਈਆਂ ਦੇ ਮੋਟਰਸਾਈਕਲਾਂ ਤੇ ਜਾਂਦੇ ਹੋਏ ਗਲੇ ਗਲੇ ਵੀ ਕੱਟੇ ਜਾਂਦੇ ਨੇ ਪੰਛੀ ਕੀ ਪੰਛੀਆਂ ਵੀ ਉਸ ਦੀ ਚਪੇੜ 'ਚ ਆ ਕੇ ਬਕਾਇਆਂ ਦੀ ਮੌਤ ਹੋ ਜਾਂਦੀ ਹੈ ਤੇ ਆਪ ਜੀ ਨੂੰ ਬਸ ਇਹੀ ਬੇਨਤੀ ਹੈਗੀ ਹੈ ਮੇਰੇ ਵੱਲੋਂ ਕਿ ਇਸ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਧੰਨਵਾਦ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਤੇ ਜਦੋਂ ਲੋੜ ਵੀ ਆ ਰਹੀ ਹੈ ਤੇ ਸੜਕ ਪੈਕਿੰਗ ਵੀ ਆ ਰਹੀ ਆ ਉਸ ਬਾਰੇ ਵਿੱਚ ਕੀ ਕਰਿਆ ਜਾਂਦਾ ਜਿਹੜੀ ਚੈਨਲ ਟੋਰ ਵਰਤੀ ਜਾਂਦੀ ਹੈ ਹਾਂਜੀ ਪਹਿਲੇ ਤਾਂ ਮੈਂ ਤੁਹਾਡੇ ਚੈਨਲ ਲਈ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਭ ਨੂੰ ਪਹਿਲੇ ਤਾਂ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਇੱਕ ਵਾਰ ਫਿਰ ਤਾਂ ਹਾਂਜੀ ਪਹਿਲੇ ਦਾ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਜਗਜੀਤ ਸਿੰਘ ਵਾਰਡ ਇਨਚਾਰਜ 53 ਤੋਂ ਐਕਚੁਅਲੀ ਮਾਨ ਸਰਕਾਰ ਜੀ ਨੇ ਵੀ ਇਸ ਬਾਰੇ ਜੀ ਇੱਕ ਬਹੁਤ ਸਖਤ ਹਦਾਇਤਾਂ ਦਿੱਤੀਆਂ ਆ ਜੀ ਆਪਣੇ ਜਿੰਨੇ ਵੀ ਟੀਮ ਵਰਕ ਆ ਕਰ ਰਹੇ ਨੇ ਇਸ ਤੇ ਤੇ ਲੋਕਾਂ ਨੂੰ ਵੀ ਵਾਰਡ ਵਾਈਜ਼ ਵੀ ਦੱਸਿਆ ਗਿਆ ਹੈ ਐਮਐਲਏ ਜਸਬੀਰ ਸਿੰਘ ਜੀ ਜੋ ਕਿ ਵੈਸਟ ਹਲਕਾ ਦੇ ਉਹਨਾਂ ਦੀ ਟੀਮ ਨੇ ਘਰ ਘਰ ਜਾਗਰੂਕ ਵੀ ਕੀਤਾ ਹੈ ਹਰ ਵਾਰਡ ਹਰ ਨੁੱਕਰ ਦੇ ਵਿੱਚ ਲੋਕਾਂ ਨੂੰ ਸਨੇਹਾ ਵੀ ਦਿੱਤਾ ਹੈ ਕਿ ਇਸ ਵਾਰ ਲੋੜੀਆ ਨਵਾਂ ਸਾਲ ਹੈ ਲੋਕੀ ਜੋਕਾਂ ਦਾ ਖੁਸ਼ਹਾਲ ਜੀਵਨ ਤਾਂ ਹੀ ਜੀਵਾਂਗੇ ਕਿਉਂਕਿ ਇੱਕ ਚਾਈਨਾ ਡੋਰ ਜਿਹੜੀ ਆ ਇੱਕ ਕਾਤਿਲ ਡੋਰ ਗਣੀ ਗਈ ਹੈ ਜੋ ਕਿ ਬਹੁਤ ਨੁਕਸਾਨ ਕਰਦੀ ਆ ਐਕਸੀਡੈਂਟ ਕਈਆਂ ਦੇ ਹੁੰਦੇ ਨੇ ਹਰ ਚੀਜ਼ ਨੂੰ ਇਹਨਾਂ ਨੂੰ ਲੋਕਾਂ ਨੂੰ ਰੋਕ ਲਾਉਣ ਵਾਸਤੇ ਇੱਕ ਟੀਮ ਵੀ ਨਿਕਲੀ ਆ ਤੇ ਹਰ ਬੰਦੇ ਨੂੰ ਜਾਗਰੂਕੀ ਕਰੀਏ ਕਿ ਇਸ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਤੇ ਕਈ ਤੁਸੀਂ ਦੇਖਿਆ ਹੋਊਗਾ ਰੋਡ ਤੇ ਪੰਛੀ ਵੀ ਆ ਜਿਹੜੇ ਕਈ ਆਪਣਾ ਉਤੋਂ ਘਾਇਲ ਹੋ ਗਏ ਕਈ ਡਿੱਗ ਜਾਂਦੇ ਨੇ ਹਰ ਚੀਜ਼ ਨੂੰ ਉਹ ਤੇ ਆਪਾਂ ਰੋਕ ਬਿਲਕੁਲ ਕੀਤੀ ਹੋਈ ਹੈ ਜੀ ਹਰ ਪ੍ਰਸ਼ਾਸਨ ਨੂੰ ਵੀ ਆਪਣਾ ਕੀਤਾ ਹੋਇਆ ਹੈ ਜੀ ਦੱਸਿਆ ਹੈ ਜੀ ਅਸਮਾਨ ਕਿ ਨਾਲ ਬਹੁਤ ਬਹੁਤ ਆਪਣਾ ਏਜੀ ਵਾਲੇ ਚੈਨਲਾਂ ਦੇ ਬਹੁਤ ਧੰਨਵਾਦ ਕਰਦਾ ਜੋ ਕਿ ਇੱਕ ਸਾਡੇ ਕੋਲ ਆਉਂਦੇ ਆ ਤੇ ਆਪਾਂ ਇਹਨਾਂ ਰਾਹੀਂ ਲੋਕਾਂ ਤੱਕ ਗੱਲ ਪਹੁੰਚਾਉਂਦੇ ਆ ਇਹ ਸਾਨੂੰ ਆ ਮੈਂ ਲੋਕਾਂ ਦੇ ਆਪਣਾ ਬੱਚਿਆਂ ਦੇ ਮਾਤਾ ਪਿਤਾ ਅੱਗੇ ਵੀ ਹੱਥ ਚੋੜ ਕੇ ਬੇਨਤੀ ਕਰਦਾ ਆ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਬਿਲਕੁਲ ਦੂਰ ਕਰਨ ਤੇ ਇਹ ਮਾਤਾ ਪਿਤਾ ਦਾ ਵੀ ਆਪਣਾ ਬਹੁਤ ਸੰਯੋਗ ਹੋਏਗਾ ਜੀ ਸਾਡੇ ਨਾਲ ਜੀ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜੇ ਕਿ ਚਾਈਨਾ ਡੋਰ ਵਰਤੀ ਜਾਂਦੀ ਹੈ ਭਾਈ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਇਹ ਜੀ ਨਿਊਜ਼ ਵਾਲਿਆਂ ਦਾ ਚਾਈਨਾ ਡੋਰ ਬਹੁਤ ਮਾੜੀ ਡੋਰ ਹੈਗੀ ਆ ਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਐਮ ਐਲ ਏ ਸਾਹਿਬ ਵਾਰਡ ਪ੍ਰਧਾਨ ਮੈਡਮ ਰਣਜੀਤ ਕੌਰ ਜੀ ਬਹੁਤ ਉਪਰਾਲਾ ਕਰਨ ਦੇ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਵੀ ਚਾਈਨਾ ਡੋਰ ਨਾ ਵਰਤਣਾ ਪਰ ਕੱਲੇ ਹਾਡੀ ਸਰਕਾਰ ਜਾਂ ਪੁਲਿਸ ਕੁਝ ਨਹੀਂ ਕਰ ਸਕਦੀ ਜਿੰਨੇ ਚਿਰ ਮਾਂ ਪਿਓ ਨਹੀਂ ਜਾਗਰੂਕ ਹੋਣਗੇ ਇਹਦੇ ਬਾਰੇ ਮਾਂ ਪਿਓ ਨੂੰ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਦੂਰ ਕਰਨ ਰੋਕਣ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਫੇਰ ਹੀ ਆਪਾਂ ਚਾਈਨਾ ਡੋਰ ਦੀ ਸਪਲਾਈ ਬੰਦ ਹੋ ਸਕਦੀ ਜੀ ਠੀਕ ਹੈ ਜੀ ਇਹੀ ਕਹਿਣਾ ਚਾਹਨਾ ਬਸ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਭਾਜੀ ਜਿਵੇਂ ਕਿ ਸਾਡੇ ਵਾਰਡ ਪ੍ਰਧਾਨ ਜੀ ਜਗਜੀਤ ਸਿੰਘ ਜੀ ਨੇ ਦੱਸਿਆ ਕਿ ਚਾਈਨਾ ਡੋਰ ਸਾਡੇ ਲਈ ਬਹੁਤ ਖਤਰਕ ਹੈ ਜਿਵੇਂ ਕਿ ਪੰਛੀਆਂ ਲਈ ਬਹੁਤ ਨੁਕਸਾਨਦੇਹ ਹੈ ਬੰਦਿਆਂ ਲਈ ਵੀ ਬਹੁਤ ਨੁਕਸਾਨਦੇਹ ਹੈ ਤੇ ਸਾਡੇ ਜਿਹੜੇ ਬੱਚਿਆਂ ਦੇ ਮਾਪਿਓ ਨੇ ਉਹਨਾਂ ਨੂੰ ਮਤਲਬ ਇਸ ਚੀਜ਼ ਨੂੰ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਇਹ ਇਸ ਦੀ ਵਰਤੋਂ ਨਾ ਕਰੋ ਇਸ ਨਾਲ ਕਿੰਨੇ ਨੁਕਸਾਨ ਹੁੰਦੇ ਨੇ ਤੇ ਸਾਡਾ ਪ੍ਰਸ਼ਾਸਨ ਤੇ ਚਲੋ ਕੋਸ਼ਿਸ਼ ਕਰ ਹੀ ਰਿਹਾ ਪਰ ਕੱਲੀ ਸਰਕਾਰ ਜਾਂ ਕੱਲੀ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਕਿ ਬੱਚਿਆਂ ਦੇ ਮਾਪਿਓ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਉਹਨਾਂ ਨੂੰ ਇਸ ਬਾਰੇ ਦੱਸਣ ਵੀ ਇਹਦੇ ਕੀ ਨੁਕਸਾਨ ਨੇ ਕਿ ਮਤਲਬ ਕਿਵੇਂ ਕਿੰਨੀ ਘਾਤਕ ਹੈ ਮਤਲਬ ਕਈ ਕਿੰਨੇ ਰੋਡ ਐਕਸੀਡੈਂਟ ਹੁੰਦੇ ਕਿੰਨੇ ਪੰਛੀ ਮਤਲਬ ਨੁਕਸਾਨ ਹੁੰਦਾ ਉਹਨਾਂ ਦਾ ਕਿੰਨੇ ਗਲੇ ਵੱਡੇ ਜਾਂਦੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਸ ਸੀਜ਼ ਨੂੰ ਉਹਨਾਂ ਨੂੰ ਦੱਸਣ ਤੇ ਉਹਨਾਂ ਨੂੰ ਸਮਝਾਉਣ ਇਹ ਫੇਰ ਇਹ ਚੀਜ਼ ਰੋਕ ਸਕਦੀ ਆ ਤੇ ਬਾਕੀ ਸਾਡੇ ਸਾਡੀ ਦੇ ਕੋਸ਼ਿਸ਼ ਚੱਲਦੀ ਰਹੀ ਹੈ ਜਗਜੀਤ ਸਿੰਘ ਮੈਡਮ ਰਣਜੀਤ ਕੌਰ ਲਾਲੀ ਭਾਜੀ ਆਪਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਪੂਰੀ ਟੀਮ ਜਾਗਰੂਕ ਕਰ ਰਹੀ ਹੈ ਲੋਕਾਂ ਨੂੰ ਆਪਣੀ ਵਾਰਡ ਵਿੱਚ ਵੀ ਮਤਲਬ ਲੋਕਾਂ ਨੂੰ ਸਮਝਾ ਰਹੇ ਆ ਵੀ ਇਸ ਚੀਜ਼ ਨੂੰ ਰੋਕੋ ਬਾਕੀ ਮੈਂ ਬਹੁਤ ਧੰਨਵਾਦ ਕਰਦਾ ਏਜੀ ਨਿਊਜ਼ ਚੈਨਲ ਦਾ ਵੀ ਜਿਹੜੇ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਨਵਾਂ ਲੋਕਾਂ ਤੱਕ ਮੈਸੇਜ ਦੇਣਾ ਸ਼ੁਰੂ ਕੀਤਾ ਹੈ ਕਿ ਚਾਈਨਾ ਡੋਰ ਕਿੰਨੀ ਘਾਤਕ ਹੈ ਤੇ ਇਸ ਨੂੰ ਰੋਕਿਆ ਜਾਵੇ ਤੇ ਮੈਂ ਇਸ ਲਈ AG న్యూస్ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ